ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਚੈਨਲ ਦੇ ਵਿੱਚ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਵੀਡੀਓ ਦੇ ਵਿੱਚ ਆਪਾਂ ਭਟੂਰਿਆਂ ਵਾਲੇ ਚਿੱਟੇ ਛੋਲੇ ਬਣਾ ਕੇ ਤਿਆਰ ਕਰਾਂਗੇ। ਛੋਲੇ ਬਹੁਤ ਵਧੀਆ ਬਣ ਕੇ ਤਿਆਰ ਹੋਊਗੇ। ਤੁਸੀਂ ਇਹਨੂੰ ਭਟੂਰਿਆਂ ਦੇ ਨਾਲ ਵੀ ਖਾ ਸਕਦੇ ਹੋ, ਪਰੌਂਠਾ ਜਾਂ ਪੂੜੀ ਦੇ ਨਾਲ ਬਣਾ ਕੇ ਖਾਓਗੇ, ਬਹੁਤ ਜ਼ਿਆਦਾ ਸਵਾਦ ਲੱਗੂਗੇ। ਛੋਲੇ ਬਣਾਉਣ ਵਾਸਤੇ 300 ਗ੍ਰਾਮ ਆਪਾਂ ਲਏ ਆ ਕਾਬਲੀ ਛੋਲੇ। ਇਹ ਦੇਖੋ ਥੋੜ੍ਹੇ ਜਿਹੇ ਮੋਟੇ ਆ, ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ। ਇਹ ਬਹੁਤ ਜ਼ਿਆਦਾ ਸਵਾਦ ਬਣਦੇ ਆ। ਇੱਕ ਪਿੰਡੀ ਛੋਲੇ ਆਉਂਦੇ ਆ, ਇਹ ਕਾਬਲੀ ਛੋਲੇ, ਆਪਾਂ ਕਾਬਲੀ ਛੋਲਿਆਂ ਦਾ ਇਸਤੇਮਾਲ ਕੀਤਾ ਆ। ਚੰਗੇ ਤਰੀਕੇ ਦੇ ਨਾਲ ਇਹਨਾਂ ਨੂੰ ਧੋ ਕੇ ਪੂਰੀ ਰਾਤ ਪਾਣੀ ਦੇ ਵਿੱਚ ਭਿਓ ਕੇ ਰੱਖਤਾ ਸੀ। ਹੁਣ ਅਸੀਂ ਇਹਨਾਂ ਨੂੰ ਉਬਾਲ ਕੇ ਤਿਆਰ ਕਰਨਾ ਆ। ਛੋਲਿਆਂ ਨੂੰ ਉਬਾਲਣ ਵਾਸਤੇ ਆਪਾਂ ਕੁੱਕਰ ਦਾ ਇਸਤੇਮਾਲ ਕਰਾਂਗੇ। ਇਹਦੇ ਵਿੱਚ ਅਸੀਂ ਛੋਲੇ ਪਾ ਦੇਣੇ। ਹੁਣ ਇਹ 'ਚ ਪਾਵਾਂਗੇ 1/2 ਚਮਚਾ ਲੂਣ ਦਾ, 1 ਚੁਟਕੀ ਬੇਕਿੰਗ ਸੋਡਾ, 1 ਟੁਕੜਾ ਦਾਲਚੀਨੀ ਦਾ, 1.5 ਕੱਪ ਲਿਆ ਆ ਸੁੱਕਿਆ ਹੋਇਆ ਆਂਵਲਾ। ਆਂਵਲੇ ਦੀ ਜਗ੍ਹਾ 'ਤੇ ਤੁਸੀਂ ਚਾਪਤੀ ਦਾ ਇਸਤੇਮਾਲ ਵੀ ਕਰ ਸਕਦੇ ਹੋ, ਆਂਵਲਾ ਕਰਨਾ ਚਾਹੋ ਤਾਂ ਆਂਵਲਾ ਵੀ ਕਰ ਸਕਦੇ ਹੋ। 1 ਕੱਪ ਪਾਣੀ ਲਿਆ ਆ, ਪਾਣੀ ਦਾ ਮਿਲਾ ਦਾਂਗੇ ਇੱਕ ਵਾਰੀ ਚੰਗੇ ਤਰੀਕੇ ਦੇ ਨਾਲ। ਪਾਣੀ ਆਪਾਂ ਇੰਨਾ ਕੁ ਪਾਉਣਾ ਆ ਕਿ ਸਾਡੇ ਛੋਲੇ ਸਾਰੇ ਪਾਣੀ ਦੇ ਵਿੱਚ ਡੁੱਬ ਜਾਣ। ਹੁਣ ਆਪਾਂ ਕੁੱਕਰ ਦਾ ਢੱਕਣ ਬੰਦ ਕਰਕੇ 5 ਸੀਟੀਆਂ ਲਵਾ ਕੇ ਤਿਆਰ ਕਰਾਂਗੇ। ਮੇਰੇ ਇਸ ਕੁੱਕਰ ਦੇ ਵਿੱਚ 5 ਸੀਟੀਆਂ ਦੇ ਵਿੱਚ ਛੋਲੇ ਪੂਰੀ ਤਰ੍ਹਾਂ ਗਲ ਜਾਣੇ ਆ। ਬਾਕੀ ਤੁਸੀਂ ਆਪਣੇ ਕੁੱਕਰ ਦੇ ਹਿਸਾਬ ਨਾਲ ਦੇਖ ਲੈਣਾ ਕਿ ਕਿੰਨੀਆਂ ਸੀਟੀਆਂ ਲਵਾਉਣ ਦੀ ਲੋੜ ਆ। ਛੋਲਿਆਂ ਨੂੰ ਆਪਾਂ 5 ਸੀਟੀਆਂ ਲਵਾ ਦਿੱਤੀਆਂ, ਪ੍ਰੈਸ਼ਰ ਨਿਕਲ ਜੂਗਾ ਆਪਣੇ ਆਪ ਕੁੱਕਰ ਦਾ, ਫਿਰ ਆਪਾਂ ਢੱਕਣ ਖੋਲ੍ਹਦੇ ਹਾਂ। ਛੋਲਿਆਂ ਦਾ ਰੰਗ ਦੇਖੋ ਕਿੰਨਾ ਵਧੀਆ ਹੈ। ਛੋਲਿਆਂ ਨੂੰ ਆਪਾਂ ਚੈੱਕ ਕਰ ਲੈਣਾ ਆ ਕਿ ਚੰਗੀ ਤਰ੍ਹਾਂ ਇਹ ਨਰਮ ਹੋ ਗਏ ਆ। ਇਸ ਤਰੀਕੇ ਦੇ ਨਾਲ ਨਰਮ ਹੋਣੇ ਚਾਹੀਦੇ ਆ, ਕਿਉਂਕਿ ਅਸੀਂ ਜਦੋਂ ਹੁਣ ਇਹਨਾਂ ਨੂੰ ਤੜਕੇ ਦੇ ਵਿੱਚ ਪਾਉਣਾ ਆ, ਫਿਰ ਆਪਾਂ ਜ਼ਿਆਦਾ ਟਾਈਮ ਪਕਾਉਣਾ ਨਹੀਂ। ਛੋਲਿਆਂ ਨੂੰ ਪਹਿਲਾਂ ਪੂਰੀ ਤਰ੍ਹਾਂ ਤੁਸੀਂ ਪਕਾ ਲੈਣਾ ਆ। ਦਾਲਚੀਨੀ ਅਤੇ ਸੁੱਕਾ ਆਂਵਲਾ ਇਹ ਆਪਾਂ ਬਾਹਰ ਕੱਢ ਲੈਣੇ ਆ। ਮਸਾਲਾ ਤਿਆਰ ਕਰਨ ਵਾਸਤੇ 3 ਪਿਆਜ਼ ਲਏ, 3 ਟਮਾਟਰ ਆ, ਅਦਰਕ ਲਿਆ ਆ। ਅਦਰਕ ਅੱਧਾ ਅਸੀਂ ਲੰਬਾਈ ਦੇ ਵਿੱਚ ਕੱਟਣਾ ਆ, ਅੱਧੇ ਅਦਰਕ ਨੂੰ ਆਪਾਂ ਕੁੱਟਣਾ ਆ। ਟਮਾਟਰ ਅਤੇ ਪਿਆਜ਼ ਇਹ ਦੋਨੇ ਚੀਜ਼ਾਂ ਆਪਾਂ ਕੱਦੂਕਸ ਕਰਾਂਗੇ। ਅਦਰਕ, ਲਸਣ ਅਤੇ 3 ਹਰੀਆਂ ਮਿਰਚਾਂ, ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਪੀਸ ਕੇ ਤਿਆਰ ਕਰ ਲੈਣਾ ਆ। ਅੱਧਾ ਅਦਰਕ ਆਪਾਂ ਕੱਢ ਲੈਣਾ ਆ ਲੰਬਾਈ ਦੇ ਵਿੱਚ ਕੱਟਣ ਵਾਲਾ, ਬਾਕੀ ਦਾ ਆਪਾਂ ਪੀਸ ਲੈਣਾ ਆ। ਕੜਾਹੀ ਦੇ ਵਿੱਚ ਪਾਵਾਂਗੇ 1/2 ਕੜਛੀ ਸਰੋਂ ਦਾ ਤੇਲ। ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰਕੇ ਇਹਦੀ ਕੁੜੱਤਣ ਕੱਢ ਲੈਣੀ ਆ। ਤੇਲ ਨੂੰ ਗਰਮ ਕਰ ਲਿਆ, ਇਹਦੇ ਵਿੱਚ ਪਾ ਦਾਂਗੇ 1 ਚਮਚਾ ਜੀਰੇ ਦਾ। ਜੀਰਾ ਭੁੰਨਿਆ ਗਿਆ, ਹੁਣ ਪਾ ਦਾਂਗੇ ਪੀਸਿਆ ਹੋਇਆ ਅਦਰਕ, ਹਰੀ ਮਿਰਚ ਅਤੇ ਲਸਣ। ਦੋ ਮਿੰਟ ਤੱਕ ਅਦਰਕ ਲਸਣ ਹਰੀ ਮਿਰਚ ਨੂੰ ਭੁੰਨਿਆ ਹੈ, ਕੱਚਾਪਨ ਦੂਰ ਹੋ ਗਿਆ ਇਹਦਾ। ਹੁਣ ਅਸੀਂ ਇਹਦੇ ਵਿੱਚ ਪਾ ਦੇਣੇ ਆ 3 ਪਿਆਜ਼ ਜਿਹੜੇ ਲਏ ਸੀ ਕੱਦੂਕਸ ਕੀਤੇ ਹੋਏ, ਮਿਲਾ ਲਓ। ਛੇ ਤੋਂ 7 ਮਿੰਟ ਤੱਕ ਪਿਆਜ਼ ਨੂੰ ਮੀਡੀਅਮ ਸੇਕ 'ਤੇ ਭੁੰਨ ਲੈਣਾ।
ਪਿਆਜ਼ ਤਿਆਰ ਹੋ ਭੁੰਨ ਕੇ। ਪਿਆਜ਼ ਦਾ ਰੰਗ ਦੇਖੋ ਲਾਲ ਹੋ ਗਿਆ, ਬਸ ਇਸ ਤੋਂ ਜ਼ਿਆਦਾ ਨਹੀਂ ਆਪਾਂ ਪਿਆਜ਼ ਨੂੰ ਭੁੰਨਣਾ। ਹੁਣ ਅਸੀਂ ਇਹਦੇ ਵਿੱਚ ਕੱਦੂਕਸ ਕੀਤੇ ਹੋਏ ਟਮਾਟਰ ਪਾ ਦਿਓ। ਟਮਾਟਰਾਂ ਨੂੰ ਜਦੋਂ ਕੱਦੂਕਸ ਕਰਨਾ ਆ ਇਹਦਾ ਛਿਲਕਾ ਵਿੱਚ ਨਹੀਂ ਪਾਉਣਾ, ਉਹਨੂੰ ਬਾਹਰ ਕੱਢ ਦਿਓ। ਟਮਾਟਰ ਦੇ ਨਾਲ ਹੀ ਅੱਧਾ ਚਮਚਾ ਪਾ ਦਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ, ਅੱਧਾ ਚਮਚਾ ਲੂਣ। ਲੂਣ ਆਪਾਂ ਪਹਿਲਾਂ ਵੀ ਪਾਇਆ ਸੀ ਜਦੋਂ ਛੋਲਿਆਂ ਨੂੰ ਉਬਾਲਿਆ ਸੀ, ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਲੂਣ ਪਾਉਣਾ। ਟਮਾਟਰ ਚੰਗੀ ਤਰ੍ਹਾਂ ਪੱਕ ਗਏ, ਸੇਕ ਹੁਣ ਆਪਾਂ ਘੱਟ ਕਰ ਲੈਣਾ ਆ। ਜਿਹੜੇ ਬਾਕੀ ਦੇ ਸੁੱਕੇ ਮਸਾਲੇ ਰਹਿ ਗਏ ਉਹ ਵੀ ਆਪਾਂ ਪਾ ਦਿੰਦੇ। ਇੱਕ ਚਮਚਾ ਭਰ ਕੇ ਪਾਵਾਂਗੇ ਧਨੀਆ ਪਾਊਡਰ, ਅੱਧਾ ਚਮਚਾ ਲਾਲ ਮਿਰਚ ਦਾ, ਅੱਧਾ ਚਮਚਾ ਆਮਚੂਰ ਪਾਊਡਰ। ਆਮਚੂਰ ਪਾਊਡਰ ਦੀ ਜਗ੍ਹਾ 'ਤੇ ਤੁਸੀਂ ਅਨਾਰਦਾਣਾ ਵੀ ਪਾ ਸਕਦੇ ਹੋ, ਆਮਚੂਰ ਪਾਊਡਰ ਵੀ ਪਾ ਸਕਦੇ। 2 ਚਮਚੇ ਪਾਵਾਂਗੇ ਛੋਲੇ ਮਸਾਲਾ, 1 ਚਮਚਾ ਸੁੱਕੀ ਹੋਈ ਮੇਥੀ। ਮੇਥੀ ਨੂੰ ਤਵੇ ਦੇ ਉੱਤੇ ਥੋੜ੍ਹਾ ਜਿਹਾ ਆਪਾਂ ਭੁੰਨ ਲਿਆ ਫਿਰ ਪਾਇਆ ਹੈ। ਥੋੜ੍ਹਾ ਜਿਹਾ ਅਸੀਂ ਇਹ 'ਚ ਪਾਉਣਾ ਗਰਮ ਪਾਣੀ। ਮਸਾਲੇ ਨੂੰ ਹੁਣ ਅਸੀਂ ਚੰਗੇ ਤਰੀਕੇ ਦੇ ਨਾਲ ਭੁੰਨਣਾ ਆ ਜਦੋਂ ਤੱਕ ਮਸਾਲੇ ਦੇ ਵਿੱਚੋਂ ਤੇਲ ਅਲੱਗ ਨਹੀਂ ਹੋ ਜਾਂਦਾ। ਥੋੜ੍ਹਾ ਜਿਹਾ ਪਾਣੀ ਹੋਰ ਪਾ ਲਓ। ਹੁਣ ਇਹਨੂੰ ਆਪਾਂ ਪੱਕਣ ਦੇਵਾਂਗੇ। ਮਸਾਲਾ ਤਿਆਰ ਆ ਭੁੰਨ ਕੇ, ਮਸਾਲੇ ਨੂੰ ਆਪਾਂ 8 ਤੋਂ 10 ਮਿੰਟ ਤੱਕ ਭੁੰਨਿਆ ਆ। ਮਸਾਲੇ ਦੇ ਉੱਪਰ ਤੇਲ ਦੇਖੋ ਤੈਰ ਕੇ ਆ ਗਿਆ। ਜਦੋਂ ਮਸਾਲਾ ਤੇਲ ਛੱਡ ਦੇਵੇ ਤਾਂ ਪਤਾ ਲੱਗ ਜਾਂਦਾ ਕਿ ਮਸਾਲਾ ਭੁੰਨ ਕੇ ਤਿਆਰ ਹੋ ਗਿਆ। ਛੋਲਿਆਂ ਦਾ ਸਵਾਦ ਹੀ ਮਸਾਲੇ ਦੇ ਉੱਪਰ ਟਿੱਕਿਆ ਆ। ਜੇ ਤੁਹਾਡਾ ਮਸਾਲਾ ਵਧੀਆ ਬਣਿਆ ਹੋਊਗਾ ਅਤੇ ਚੰਗੀ ਤਰ੍ਹਾਂ ਤੁਸੀਂ ਉਹਨੂੰ ਭੁੰਨਿਆ ਹੋਊਗਾ ਤਾਂ ਤੁਹਾਡੇ ਛੋਲੇ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਊਗੇ। ਹੁਣ ਆਪਾਂ ਇਹਦੇ ਵਿੱਚ ਛੋਲੇ ਪਾ ਦੇਣੇ, ਮਿਲਾ ਦਾਂਗੇ। ਛੋਲਿਆਂ ਦੇ ਅੰਦਰ ਪਾਣੀ ਹੈਗਾ ਆ, ਸਾਨੂੰ ਹੋਰ ਪਾਣੀ ਪਾਉਣ ਦੀ ਜ਼ਰੂਰਤ ਨਹੀਂ। ਸੇਕ ਹੁਣ ਅਸੀਂ ਮੀਡੀਅਮ ਕਰ ਦੇਣਾ ਆ ਅਤੇ ਇਹਨੂੰ ਅਸੀਂ 10 ਤੋਂ 12 ਮਿੰਟ ਤੱਕ ਪੱਕਣ ਦੇਣਾ। ਛੋਲੇ ਤਿਆਰ ਆ ਬਣ ਕੇ, ਛੋਲਿਆਂ ਦਾ ਰੰਗ ਦੇਖੋ ਕਿੰਨਾ ਵਧੀਆ ਹੈ। ਚੰਗੇ ਤਰੀਕੇ ਦੇ ਨਾਲ ਆਪਾਂ ਇਹਨੂੰ ਮਿਲਾ ਤਾ, ਵਿੱਚੋਂ ਵਿੱਚੋਂ ਮੈਂ ਇਹਨੂੰ ਹਿਲਾਇਆ ਸੀ 2-3 ਵਾਰੀ। 3 ਹੁਣ ਅਸੀਂ ਇਹਦੇ 'ਚ ਪਾਵਾਂਗੇ ਹਰੀਆਂ ਮਿਰਚਾਂ, 2 ਹਿੱਸਿਆਂ ਦੇ ਵਿੱਚ ਕੀਤੀਆਂ ਹੋਈਆਂ। ਹਰਾ ਧਨੀਆ ਪਾ ਦਾਂਗੇ, ਲੰਬਾਈ ਦੇ ਵਿੱਚ ਕੱਟਿਆ ਹੋਇਆ ਅਦਰਕ। ਸਾਰੀਆਂ ਚੀਜ਼ਾਂ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਮਿਲਾ ਦੇਣਾ ਆ, ਗੈਸ ਉੱਤੇ ਬੰਦ ਕਰ ਦੇਣੀ ਆ। ਛੋਲਿਆਂ ਨੂੰ ਆਪਾਂ ਸਰਵ ਕਰਦੇ ਹਾਂ। ਹੁਣ ਆਪਾਂ ਇੱਕ ਤੜਕੇ ਪੈਨ ਦੇ ਵਿੱਚ 1 ਚਮਚਾ ਘਿਓ ਦਾ ਲਿਆ ਆ, ਇਹਦੇ 'ਚ 1/4 ਕਸ਼ਮੀਰੀ ਲਾਲ ਮਿਰਚ ਪਾਊਡਰ ਪਾ ਕੇ ਮਿਲਾ ਲੈਣਾ ਆ। ਇਹ ਘਿਓ ਆਪਾਂ ਛੋਲਿਆਂ 'ਤੇ ਪਾ ਦੇਣਾ। ਭਟੂਰਿਆਂ ਵਾਲੇ ਛੋਲੇ ਤਿਆਰ ਆ ਬਣ ਕੇ। ਛੋਲੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏ ਆ। ਤੁਸੀਂ ਇਹਨਾਂ ਦਾ ਟੈਕਸਚਰ ਦੇਖ ਸਕਦੇ ਹੋ, ਕਿਉਂਕਿ ਛੋਲਿਆਂ ਦਾ ਟੈਕਸਚਰ ਦੇਖ ਕੇ ਹੀ ਪਤਾ ਲੱਗ ਜਾਂਦਾ ਕਿ ਕਿਵੇਂ ਦੇ ਬਣ ਕੇ ਤਿਆਰ ਹੋਏ ਆ।
ਤੁਸੀਂ ਇਹਨਾਂ ਨੂੰ ਇਸੇ ਤਰੀਕੇ ਦੇ ਨਾਲ ਬਣਾ ਕੇ ਖਾਇਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਚੈਨਲ ਤੇ ਜੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।